ਜੀ ਮਹਾਰਾਜ ਜੀ, ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ। ਹਾਜ਼ਰਾ ਹਜ਼ੂਰ ਗੱਦੀ ਦੇ ਬਿਰਾਜਮਾਨ ਸਤਿਗੁਰੂ ਮਲਕੀਤ ਨਾਥ ਮਹਾਰਾਜ ਕੀ ਜੈ। ਜੈ ਭੀਮ, ਜੈ ਦਾਸ ਪੰਕਜਨਾਥ ਸ਼ਿਰਗਿੱਲ, ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨ ਵੇਰਕਾ ਜੀ, ਜਿਹੜੇ ਕਿ ਥਾਣੇ ਵੇਰਕੇ ਦੇ ਵਿੱਚ ਮੁਕੱਦਮੇ ਦਰਜ ਹੋਏ ਸੀ, ਉਹਨਾਂ ਸੰਬੰਧੀ ਮਾਨਯੋਗ DCP ਸਾਹਿਬ ਨੂੰ ਮਿਲਿਆ ਗਿਆ ਮਸਲਿਆਂ ਦੇ ਤਹਿਤ, ਔਰ ਕੁਝ ਜੋ ਉੱਥੋਂ ਦੇ SHO ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ, ਨਸ਼ਾ ਤਸਕਰਾਂ ਨੂੰ ਜੋ ਕੁਝ ਛੱਡਿਆ ਗਿਆ ਉਹਦੇ ਸੰਬੰਧ ਵਿੱਚ DCP ਸਾਹਿਬ ਨੂੰ ਮਿਲੇ ਆ, ਔਰ ਉਹਨਾਂ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਮੁਕੱਦਮੇ ਹੋਏ ਆ ਉਹਨਾਂ ਵਿੱਚ ਦੋਸ਼ੀਆਂ 'ਤੇ ਕਾਰਵਾਈ ਵੀ ਹੋਊਗੀ, ਅਤੇ ਔਰ ਜਿਹੜੇ ਉਹ ਵੀਡੀਓ ਆਪਣਾ ਛੱਡੇ ਗਏ ਦੋਸ਼ੀ ਨਸ਼ਾ ਤਸਕਰ, ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਜਾਊਗੀ। ਕੋਈ ਟਾਈਮ ਟੂਮ ਦੱਸਿਆ ਗਿਆ, ਕਿਉਂਕਿ ਕਾਫੀ ਦੇਰ ਹੋ ਗਿਆ ਗ੍ਰਿਫਤਾਰੀ ਨਹੀਂ ਹੋਈ? ਟਾਈਮ ਦੱਸਿਆ ਗਿਆ ਉਹਨਾਂ ਇਹਦੇ ਸੰਬੰਧੀ ਜਿਹੜੀ ਡਿਊਟੀ ਆ ਇਹ DCP ਹਰਪਾਲ ਸਿੰਘ ਜੀ ਨੂੰ ਉਹਨਾਂ ਕਿਹਾ, ਉਹਨਾਂ ਫੋਨ ਕੀਤਾ ਅਤੇ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਡਿਊਟੀ ਲਗਾਈ। ਪਹਿਲੋਂ SHO ਸੀ ਗਏ, ਉਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਵੀ ਦਿੱਤਾ ਗਿਆ ਪਿਛਲੇ ਦਿਨ, ਕੀ ਲੱਗਦਾ ਕਿ ਉਹ ਕਾਹਦੀ ਗੱਲੋਂ ਨਹੀਂ ਕਰ ਰਹੇ? ਇਹ ਤੇ ਜੀ ਉਹ ਇਹ ਤਾਂ ਹੁਣ ਵੱਡੇ ਅਫਸਰਾਂ ਨੂੰ ਮਿਲੇ ਆ, ਉਹਨਾਂ ਬਾਰੇ ਅਸੀਂ ਦੱਸ ਚੁੱਕੇ ਹਾਂ, ਇਹ ਤਾਂ ਹੁਣ ਉਹੀ ਐਕਸ਼ਨ ਲੈਣਗੇ ਵੀ ਕੀ ਹੁੰਦਾ। ਦਾਸ ਐਡਵੋਕੇਟ ਗੁਰਦੇਵ ਸਿੰਘ ਵੇਰਕਾ। ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵੇਰਕੇ ਦੇ ਵਿੱਚ SHO ਸਾਹਿਬ ਦਾ, ਜੋ ਕਿ SHO ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਅਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ। ਸਾਡੇ ਮੁਖਤਾਰ ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ, ਅਤੇ ਉਹ ਕੇਸ ਮਾਨਯੋਗ ਅਦਾਲਤ ਦੇ ਵਿੱਚ ਲੱਗਾ। ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਦੇ ਘਰ ਆਣ ਕੇ ਪਏ, ਅਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ। ਅਜੇ ਤੱਕ ਕੋਈ CP ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ, ਅਤੇ ਸਾਡੇ ਮਾਨਯੋਗ SHO ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ। ਇਹ ਦਰਖਾਸਤ ਤਕਰੀਬਨ 15 ਦਿਨ ਤੋਂ SHO ਸਾਹਿਬ ਕੋ CP ਸਾਹਿਬ ਵੱਲੋਂ ਆ ਚੁੱਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।